ਜਸ ਪੰਜਾਬੀ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਦਾ ਚੋਣ ਚੋਣ ਹੈ ਜਿਹੜੀ ਭਖ ਚੁੱਕੇ ਨੇ ਜੇਕਰ ਗੱਲ ਕਰੀਏ ਸੰਗਰੂਰ ਸੀਟ ਦੀ ਕਿਉਂਕਿ ਸੰਗਰੂਰ ਸੀਟ ਹੈ ਜਿਹਨੂੰ ਸੀਐਮ ਸਿਟੀ ਕਹੇ ਕਿਹਾ ਜਾਂਦਾ ਹੈਗਾ ਪਾਰਟੀ ਦਾ ਗੜ ਕਿਹਾ ਜਾਂਦਾ ਹੈਗਾ ਪਰ ਇਸ ਵਾਰ ਜਿਹੜੇ ਨੇ ਉਮੀਦਵਾਰ ਜਿਹੜੇ ਆਏ ਨੇ ਕਹਿ ਸਕਦੇ ਹਾਂ ਬਾਰੋਂ ਵੀ ਆਏ ਨੇ ਸਕਪਾਲ ਖਹਿਰਾ ਜੀ ਵੀ ਭਲੱਤ ਛੱਡ ਕੇ ਸੰਗਰੂਰ ਚੋਣ ਲੜ ਰਹੇ ਨੇ ਚੋਣ ਲੜਨ ਦਾ ਕਾਰਨ ਕੀ ਹੈ ਕਿ ਸਕਪਾਲ ਖਹਿਰਾ ਨੂੰ ਸੰਗਰੂਰ ਆਉਣਾ ਪਿਆ ਉਹਨਾਂ ਨਾਲ ਗੱਲਬਾਤ ਕਰਾਂਗੇ ਚਰਚਾ ਕਰਾਂਗੇ ਸਾਰੀ ਰਾਜਨੀਤੀ ਤੰਤਰ ਤੇ ਸਕਪਾਲ ਖਹਿਰਾ ਜੀ ਕੀ ਕਹੋਗੇ ਤੁਸੀਂ ਭਲੱਤ ਛੱਡ ਕੇ ਸੰਗਰੂਰ ਆਏ ਹੋ ਕੀ ਕਰਨ ਲਈ ਪਹਿਲੀ ਗੱਲ ਤਾਂ ਮੈਂ ਛੱਡ ਕੇ ਨਹੀਂ ਕਿਤੇ ਆਇਆ ਕਿਉਂਕਿ ਪੰਜਾਬ ਸਾਡਾ ਆਪਣਾ ਸਟੇਟ ਹੈ ਦੂਸਰੀ ਗੱਲ ਹੈ ਕਿ ਇਹ ਟਿਕਟ ਨਾ ਤਾਂ ਮੈਂ ਮੰਗੀ ਸੀ ਨਾ ਮੈਂ ਅਪਲਾਈ ਕੀਤਾ ਨਾ ਮੈਂ ਕਦੇ ਦਿੱਲੀ ਗਿਆ ਇਹ ਮੈਨੂੰ ਪਾਰਟੀ ਨੇ ਯੋਗਤਾ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਐਂ ਲੱਗਿਆ ਕਿ ਜਿਹੜਾ ਫਰਜੀ ਜਿਹਾ ਕਿਲਾ ਬਣਾਈ ਬੈਠੇ ਨੇ ਆਮ ਆਦਮੀ ਵਾਲੇ ਜਿਨ੍ਹਾਂ ਨੇ ਤਸ਼ੱਦਦ ਕੀਤਾ ਜਿਨ੍ਹਾਂ ਨੇ ਕਿਸਾਨਾਂ ਤੇ ਬਹੁਤ ਅਤਿਆਚਾਰ ਕੀਤਾ ਜਿਨ੍ਹਾਂ ਨੇ ਸਾਡੇ ਜਿਹੜੇ ਨੌਜਵਾਨ ਆ ਲੋਕਲ ਪੰਜਾਬ ਦੇ ਉਹਨਾਂ ਦੀ ਥਾਂ ਤੇ ਦੂਜੀਆਂ ਸੂਬਿਆਂ ਦੀਆਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਉਹਨਾਂ ਦੇ ਉਹਨਾਂ ਨੇ ਜੋ ਕੁਝ ਪਿਛਲੇ 2 ਸਾਲਾਂ 'ਚ ਕੀਤਾ ਅਨਿਆਏ ਜੋ ਥੱਲੇਲੇ ਲੈਵਲ ਤੱਕ ਮਿਊਨਿਸਪਲ ਕਮੇਟੀਆਂ ਤੋੜੀਆਂ ਕੌਂਸਲਰਾਂ ਨੂੰ ਹਰਾਸ ਕੀਤਾ ਸਰਪੰਚਾਂ ਨੂੰ ਤੰਗ ਕੀਤਾ ਇਨਕੁਆਇਰੀਆਂ ਕੀਤੀਆਂ ਪੈਸੇ ਰੋਕਤੇ ਔਰ ਡਵੈਲਪਮੈਂਟ ਨਾਮ ਦੇ ਕੋ ਪਿਛਲੇ 2 ਸਾਲ ਤੋਂ ਚੀਜ਼ ਨਜ਼ਰ ਨਹੀਂ ਆਈ ਔਰ ਜਿਸ ਢੰਗ ਨਾਲ ਭਗਵੰਤਪານ ਆਪਣੇ ਵਿਰੋਧੀਆਂ ਨੂੰ ਉੱਥੇ ਵਿਧਾਨ ਸਭਾ ਚ ਟਾਰਗੇਟ ਕਰਦਾ ਪਰਚੇ ਕਰਦਾ ਮੈਨੂੰ ਐਨਡੀਪੀਐਸ ਅੰਦਰ ਕਰ ਦਿੱਤਾ ਜਦੋਂ ਜਮਾਨਤ ਹੁੰਦੀ ਇੱਕ ਹੋਰ ਪਰਚਾ ਦਾਜ ਕਰਤਾ ਇਹਦਾ ਕੁੱਲ ਇੱਕ ਪੈਕੇਜ ਸੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਪਾਰਟੀ ਨੂੰ ਐ ਲੱਗਿਆ ਕਿ ਸਾਨੂੰ ਖੇਰੇ ਨੂੰ ਇੱਥੇ ਲੜਾਉਣਾ ਚਾਹੀਦਾ ਵਾ ਇਸ ਕਰਕੇ ਮੈਂ ਸੰਗਰੂਰ ਚਾਹ ਸੰਗਰੂਰ ਮੇਰੇ ਤੋਂ ਕੋਈ ਉਪਰ ਆਨੇਗਾ ਕਿਉਂਕਿ ਇਹਨਾਂ ਲੜਾਈ ਸਮਝਦੇ ਹੋ ਤੁਸੀਂ ਆਏ ਹੋ ਪਹਿਲਾਂ ਮੈਨੂੰ ਕੰਪਲੀਟ ਕਰ ਲੈਂਦੇ ਹੋ ਸੰਗਰੂਰ ਇਸ ਲਈ ਉਪਰ ਆਨੇ ਕਿਉਂਕਿ ਮ ਬਹੁਤ ਅਰਸੇ ਤੋਂ ਲੜ ਰਹੇ ਹਾਂ ਪੂਰਗੰਨ ਸਾਹਿਬ ਦੀ ਬੇਦਬੀ ਦੀ ਲੜਾਈ ਮੱਤੇਵਾੜਾ ਇੰਡਸਟਰੀਅਲ ਪਲਾਕ ਪਾਰਕ ਦੇ ਖਿਲਾਫ ਲੜਨਾ ਕਿਸੇ ਨਾਲ ਅਤਿਆਚਾਰ ਹੋਇਆ ਕਿਸੇ ਦੇ ਪਰਚੇ ਝੂਠੇ ਹੋਏ ਉੱਥੇ ਪਹੁੰਚਿਆ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ 2 ਸਾਲ ਤੋਂ ਉਹਦੀ ਪੈਰਵਾਹੀ ਕਰ ਰਹੇ ਹਾਂ ਉਸ ਜਿਹੜਾ ਉਹਨਾਂ ਨਾਲ ਵਿਚਾਰਿਆਂ ਨਾਲ ਬੇਇਨਸਾਫੀ ਹੋ ਰਹੀ ਹੈ ਉਹਨਾਂ ਦੇ ਜਿਹੜੇ ਕਾਤਲ ਨੇ ਉਹ ਜ਼ਿਲ੍ਹਾ ਚੋਂ ਇੰਟਰਵਿਊ ਦੇ ਰਹੇ ਨੇ ਉਹਨਾਂ ਦੇ ਕਾਤਲ ਮੀਥੇਰ ਵਰਗੇ ਕੈਂਡੀਡੇਟ ਨਾਲ ਘੁਮਰੇ ਨੇ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਇਹ ਜਦੋਂ ਮੈਂ ਪਾਰਟਿਸਿਪੇਟ ਕੀਤਾ ਪੰਜਾਬ ਦੀ ਆਵਾਜ਼ ਚੱਕੀ ਜ਼ੈਰੀਲੇ ਪਾਣੀਆਂ ਦੇ ਖਿਲਾਫ ਬੁੱਢੇ ਨਾਲੇ ਤੱਕ ਪਹੁੰਚਿਆ ਜਾਂ ਮੈਂ ਦਿਬਰੂਗੜ੍ਹ ਚ ਜਿਹੜੇ ਸਾਡੇ ਭੇਜੇ ਹੋਏ ਨੌਜਵਾਨ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਮੋਰਚਿਆਂ ਵਿੱਚ ਗਿਆ ਤਾਂ ਪੰਜਾਬ ਦੇ ਲੋਕਾਂ ਨੂੰ ਐਂ ਲੱਗਦਾ ਵਾ ਕਿ ਇੱਕ ਕਿਸੇ ਇੱਕ ਵਿਸ਼ੇਸ਼ ਨਾ ਤਾਂ ਫਰਕ ਦਾ ਵਾ ਨਾ ਇਹ ਕਿਸੇ ਵਿਸ਼ੇਸ਼ ਪਾਰਟੀ ਦਾ ਇਹ ਵੀ ਇੱਕ ਇੰਟਰਸਟਿੰਗ ਗੱਲ ਮੈਨੂੰ ਕਹਿੰਦੇ ਨੇ ਬਹੁਤ ਸਾਰੇ ਅਕਾਲੀ ਮਿਲਦੇ ਨੇ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਸੀਪੀਆਈ ਦੇ ਭਾਰਤੀ ਕਿਸਾਨ ਯੂਨੀਅਨ ਦੇ ਲੋਕੀਓ ਮਿਲਦੇ ਆ ਉਹ ਕਹਿੰਦੇ ਯਾਰ ਤੈਨੂੰ ਵੋਟ ਪਾਉਣ ਨੂੰ ਇਸ ਲਈ ਦਿਲ ਕਰਦਾ ਕਿ ਤੂੰ ਹਮੇਸ਼ਾ ਸਭ ਦੀ ਗੱਲ ਕੀਤੀ ਆ ਤੇ ਪਾਰਟੀ ਬਾਜ਼ੀ ਤੋਂ ਉੱਥੇ ਉੱਠ ਕੇ ਗੱਲ ਕੀਤੀ ਸੋ that is one of the reasons i am here in sunroof ਸਰ ਆ ਪਾਰਟੀ ਦੀ ਗੱਲ ਕਰੀਏ ਤੁਹਾਡਾ ਗੱਟ ਜੋੜ ਵੀ ਆ ਦਿੱਲੀ ਜਿਹੜਾ ਹੈਗਾਗਾ ਤੇ ਪੂਰੇ ਪੂਰੇ ਵਿਰੋਧ ਦੇ ਵਿੱਚੋਂ ਕਿਸ ਤਰ੍ਹਾਂ ਦੇਖਦੇ ਹੋ ਕੇਜਰੀਵਾਲ ਰਗਬ ਚੱਡਾ ਜਿਹੜੇ ਪੰਜਾਬ ਚ ਚਲਾ ਰਹੇ ਦੇਖੋ ਦਿੱਲੀ ਦੇ ਵਿੱਚ ਕੀ ਗੱਟ ਜੋੜ ਆ ਗੋਆ ਚ ਕੀ ਕਰਦੇ ਨੇ ਵੀ ਹੈਵ ਨਾਥਿੰਗ ਟੂ ਡੂ ਪੰਜਾਬ ਚ ਬੜਾ ਕੈਟੈਗੋਰਿਕਲੀ ਸਾਡੇ ਕਿਡਰ ਨੇ ਕਨਵੇ ਕੀਤਾ ਸੀਗਾ ਇਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਗੱਟ ਜੋੜ ਨਹੀਂ ਕਰਨਾ ਔਰ ਅਸੀਂ ਇਦਾਂ ਕਾਟਾ ਮਾਰ ਕੇ ਅਜੇ ਇਹਨਾਂ ਦੇ ਖਿਲਾਫ ਲੜਾਈ ਲੜ ਰਹੇ ਆ ਔਰ ਅਸੀਂ ਆਪਣੀਆਂ ਸੀਟਾਂ ਜਿੱਤ ਕੇ 100% ਇੰਡੀਆ ਅਲਾਈਅንስ ਦੇ ਵਿੱਚ ਯੋਗਦਾਨ ਪਾਵਾਂਗੇ ਇਹਨਾਂ ਦਾ ਪਤਾ ਹੀ ਕੋਈ ਨਹੀਂਗਾ ਕਿ ਇਹਨਾਂ ਨੇ ਕਿੱਦਾਂ ਵਿਕ ਜਾਣਾ ਪੋਸਟ ਅਲਾਈਅንስ ਜਿਸ ਹਿਸਾਬ ਨਾਲ ਈਡੀ ਤੇ ਸੀਬੀਆਈ ਤੋਂ ਡਰੇ ਹੋਏ ਨੇ ਅੰਦਰ ਜੇਲ੍ਹ ਵਿੱਚ ਕੀ ਕਹਿੰਦੇ ਹੁੰਦੇ ਰਸਗੁੱਲੇ ਖਾ ਰਿਆ ਵਾ ਤੇ ਅੰਬ ਚੂਪ ਕੇ ਆਪਣੀ ਸ਼ੂਗਰ ਵਧਾ ਕੇ ਜਮਾਨਤ ਲੈਣਾ ਚਾਹੁੰਦਾ ਹੈ ਇਦਾਂ ਦੇ ਬੰਦਿਆਂ ਦਾ ਕੀ ਕਿਰਦਾਰ ਹੈਗਾ ਜੀ ਸਰ ਜਦੋਂ ਆਮ ਆਦਮੀ ਪਾਰਟੀ ਖੜੀ ਹੋਈ ਸੀਗੀ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਵਿੱਚ ਉਹ ਵੈਗਨਰ ਗੱਡੀ ਸੀ ਸਿਕਿਉਰਿਟੀ ਦੀ ਗੱਲ ਕੀਤੀ ਆਂਦੇ ਆਂਦੇ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਜਿਹੜੇ ਆਮ ਘਰਾਂ ਦੇ ਲੋਕਾਂ ਦੀ ਗੱਲ ਕੀਤੀ ਮੈਂ ਤਾਂ 10 ਸਾਲ ਦੇ ਵਿੱਚ ਇਹਨਾਂ ਦਾ ਕਿਰਦਾਰ ਦੇਖਿਆ 2014 ਤੇ 24 ਚ ਬੈਠੇ ਆ ਦਸਾਂ ਸਾਲਾਂ ਵਿੱਚ ਇਹਨਾਂ ਨੇ ਇਨਕਲਾਬ ਦਾ ਗਰਭਪਾਤ ਕੀਤਾ ਵਾ ਆਉਣ ਵਾਲੇ ਬਹੁਤ ਲੰਬੇ ਅਰਸੇ ਤੱਕ ਪੰਜਾਬੇ ਪੰਜਾਬ ਦੇ ਲੋਕਾਂ ਨੇ ਕਿਸੇ ਦੇ ਇਨਕਲਾਬ ਦੇ ਨਾਰੇ ਤੇ ਯਕੀਨ ਨਹੀਂ ਕਰਨਾ ਕਹਿੰਦੇ ਕੀ ਸੀਗੇ ਸਾਦੇ ਜਿਹੇ ਬੰਦੇ ਆ ਜੀ ਆਮ ਘਰਾਂ ਦੇ ਬੰਦੇ ਜੀ ਇਸ ਦਾ ਪੈਂਚਰਾਂ ਵਾਲੇ ਜੀ ਰੇੜੀਆਂ ਵਾਲੇ ਜੀ ਤੇ ਅੱਜ ਬਣੇ ਕੀ ਫਿਰਦੇ ਨੇ ਜਹਾਜ਼ਾਂ ਚੁੱਟਦੇ ਨੇ ਇਹਨਾਂ ਦਾ ਪਰਿਵਾਰ ਸਾਰਾ ਭਗਵੰਤ ਮਾਨ ਦਾ ਉੱਤੋਂ ਥੱਲੇ ਤੱਕ ਸੋਨੇ ਨਾਲ ਲੱਦਿਆ ਹੋਇਆ ਵਾ ਲੈਕਸਸ 55 ਕਰੋੜ ਰੁਪਏ ਦੀਆਂ ਸਾਰਾ ਗੱਡੀਆਂ ਪਰਿਵਾਰ ਛੁੱਟ 1099 ਨੇ ਜੀ ਕੇਜਰੀਵਾਲ ਦਾ 50 ਕਰੋੜ ਦਾ ਸ਼ੀਸ਼ ਮਹਿਲ ਹੈ ਜਿਹਦੀ ਜਾਂਚ ਹੋ ਰਹੀ ਸੀ ਬੀਏ ਵੱਲੋਂ ਕਿ ਇਸ ਨੂੰ ਆਮ ਆਦਮੀ ਕਹਿੰਦੇ ਨੇ ਜੀ ਟਿਕਟਾਂ ਦੇਣੀਆਂ ਰਾਜ ਸਭਾ ਦੀਆਂ ਅਪੁਆਇੰਮੈਂਟ ਕਰਨੀਆਂ ਤੇ ਫਿਰ ਇਹਨਾਂ ਨੂੰ 25000 ਕਰੋੜ ਰੁਪਏ ਦਾ ਮਾਲਕ ਮਿਲਦਾ ਅਸ਼ੋਕ ਮਿੱੱਤਲ ਉਹਨੇ ਕੋ ਆਮ ਆਦਮੀ ਪੈਂਚਰਾਂ ਨਾ ਮਿਲਿਆ ਉਦੋਂ ਕੋਈ ਵੀ ਲਵਲੀ ਯੂਨੀਵਰਸਿਟੀ ਦਾ ਮਾਲਕ ਜਨਦਰੂ ਇੱਕ ਲੁਧਿਆਣੇ ਦਾ ਕੋਈ ਬਹੁਤ ਵੱਡਾ ਰੀਅਲ ਏਸਟੇਟ ਮੈਗਨੇਟ ਹੈ ਕੋ ਸਨੀ ਅਰੋੜਾ ਉਹ ਲੱਭਦਾ ਵਾ ਨੌਕਰੀਆਂ ਦੇਣੀਆਂ ਦਾ ਪੰਜਾਬ ਤੋਂ ਬਾਹਰ ਰਾਜ ਸਭਾ ਦਾ ਗੈਰ ਪੰਜਾਬੀ ਮੈਂਬਰ ਹੁਣ ਆ ਪਾਰਲੀਮੈਂਟ ਦੇ 13 ਕੈਂਡੀਡੇਟ ਪਹਿਲੀ ਗੱਲ ਤਾਂ 13 ਕੈਂਡੀਡੇਟ ਹੈ ਨਹੀਂ ਸੀ ਇਹਨਾਂ ਦੇ ਕੋਲ ਪੰਜ ਮਨਿਸਟਰ ਕਿਸੇ ਪਾਰਟੀ ਨੇ ਅੱਜ ਤਾਈਂ ਉਤਾਰੇ ਨੇ ਤਿੰਨ ਐਮਐਲਏ ਉਤਾਰ ਦਿੱਤੇ ਇੱਕ ਕਾਮੇਡੀਅਨ ਤੇ ਤਿੰਨ ਤਿਤਲੀਆਂ ਦੂਜੀਆਂ ਪਾਰਟੀਆਂ ਤੋਂ ਡਿਫੈਕਟਰਸ ਲੈ ਕੇ ਆਏ ਨੇ ਜਲੰਧਰ ਅਕਾਲੀ ਦਲ ਦਾ ਡਿਫੈਕਟਰ ਹੁਸ਼ਾਰਪੁਰ ਕਾਂਗਰਸ ਦਾ ਤੇ ਫਤਿਹਗੜ੍ਹ ਸਾਹਿਬ ਕਾਂਗਰਸ ਦਾ ਡਿਫੈਕਟਰ ਇਹਨਾਂ ਕੋਲ ਬੰਦੀ ਹੈ ਨਹੀਂ ਕਿ 13 ਲੜਨ ਵਾਸਤੇ ਔਰ ਕੇਜਰੀਵਾਲ ਕਹਿੰਦਾ ਸੀ ਜੇ ਹਮ ਤੋ ਇੱਕ ਬਹੁਤ ਬੜਾ ਇੱਕ ਵਿਵਸਥਾ ਪਰਿਵਰਤਨ ਕਰਾਂਗੇ ਰਾਜਨੀਤੀ ਮੇ ਹੁਣ ਕੁਰਸੀ ਨੂੰ ਚ ਕਦੀ ਜੇਲ੍ਹ ਚ ਬੈਠਾ ਆਦਮੀ ਚੀਫ ਮਿਨਿਸਟਰ ਚਲਾ ਸਕਦਾ ਗਵਰਨਮੈਂਟ ਕਦੀ ਮਤਲਬ ਬੱਚਾ ਵੀ ਜਾਣਦਾ ਵਾ ਪਰ ਉਹ ਹਿਲਿੰਗ ਨਹੀਂਗਾ ਕਿੰਨਾ ਕੁਰਸੀ ਛੱਡਣੀ ਹੈ ਮੈਂ ਔਰ ਛੱਡੇਗਾ ਤਾਂ ਆਪਣੀ ਘਰ ਵਾਲੀ ਸੁਨੀਤਾ ਕੇਜੀ ਰਵਾਲ ਨੂੰ ਬਣਾਵੇਗਾ ਚੀਫ ਮਿਨਿਸਟਰ ਜਿਹੜਾ ਦੂਜਿਆਂ ਨੂੰ ਰਾਬੜੀ ਦੇਵੀ ਵਰਗਿਆਂ ਨੂੰ ਮਜ਼ਾਕ ਕਰਦਾ ਹੁੰਦਾ ਸੀ ਇਹੀ ਆਦਮੀ ਸ਼ੀਲਾ ਡਿਕਸਿੱਟ ਦੇ ਕਿੰਨਾ ਖਿਲਾਫ ਬੋਲਦਾ ਹੁੰਦਾ ਸੀਗਾ ਤੇ ਹੁਣ ਲਟਕੇ ਇਹਦੀ ਖਾਦੀ ਸੀਗੀ ਵੀ ਕਾਂਗਰਸ ਨਾਲ ਹਾਂ ਇਹਨੇ ਇਹਨੇ ਬੱਚਾ ਨਹੀਂ ਸੌਂਖ ਖਾਦੀ ਕਿ ਮੈਂ ਸੌਂਖ ਦਿਖਾਤਾ ਹਾਂ ਕਿ ਕਾਂਗਰਸ ਕੇ ਸਾਥ ਮੈਂ ਕਦੀ ਸਮਝੌਤਾ ਨਹੀਂ ਕਰੂੰਗਾ ਤਾਂ ਕਰ ਲਿਆ ਨਾ ਹੁਣ ਸਮਝੌਤਾ ਤੁਸੀਂ ਕਰਕੇ ਇਹਨਾਂ ਨੇ ਬਹੁਤ ਵੱਡਾ ਵਿਸ਼ਵਾਸ ਘਾਤ ਕੀਤਾ ਇਨਕਲਾਬ ਦੇ ਨਾਮ ਤੇ ਸਰ ਕਿਸ ਤਰ੍ਹਾਂ ਦੇਖ ਰਹੇ ਹੋ ਰਾਗਵ ਚੱਡਾ ਪੁਰੇ ਹੈਨੀ ਕੈਂਪੇਨ ਤੇ ਇਹ ਪਹਿਲਾਂ ਪੰਜਾਬ ਦੇ ਵਿੱਚ ਕੰਮ ਕਰ ਰਹੇ ਸੀ ਦੇਖੋ ਗੱਲ ਇਹ ਆ ਇਹ ਨਾ ਪੁਲਿਸ ਦਾ ਮਿਸਯੂਜ਼ ਕਰਕੇ ਦੂਜਿਆਂ ਨੂੰ ਡਰਾਉਣਾ ਜਾਣਦੇ ਨੇ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਤਾਂ ਕੱਟ ਲਈ ਜੇਲ ਤੇ ਮੈਂ ਗਾਹ ਵੀ ਕੱਟਣ ਨੂੰ ਤਿਆਰ ਕੋਈ ਪਰਵਾਹ ਨਹੀਂ ਹੈਗੀ ਅਸੀਂ ਪਿੱਛੇ ਹਟ ਇਹਨਾਂ ਦੀ ਜਾਣਕੋ ਨਿਕਲੀ ਹੋਈ ਹੁਣ ਰਾਗਵ ਚੱਡਾ ਡਰਦਾ ਹੀ ਨਹੀਂ ਆ ਰਿਹਾ ਇੰਡੀਆ ਦੇ ਵਿੱਚ ਹੁਣ ਅੱਖਾਂ ਦੇ ਆਪਰੇਸ਼ਨ ਦੇ ਬਹਾਨੇ ਬੈਠਾ ਤੇ ਫਿਰ ਅੱਖਾਂ ਦਾ ਆਪਰੇਸ਼ਨ ਆਮ ਆਦਮੀ ਪਾਰਟੀ ਕਲੀਨਿਕ ਚ ਹੋਣਿਕ ਰਹੀ ਜਿਹੜੇ ਅਸੀਂ ਵਰਲਡ ਕਲਾਸ ਦੇ ਰਹੇ ਹਾਂ ਪਰ ਅੱਖਾਂ ਦਾ ਆਪਰੇਸ਼ਨ ਕਰਾਉਣ ਲੰਡਨ ਬੈਠਾ ਪਤਾ ਨਹੀਂ ਅੱਖਾਂ ਦਾ ਕਰਾ ਰਿਹਾ ਕਿ ਕਾਹਦਾ ਕਰਾ ਰਿਹਾ ਆ ਹੀ ਨਹੀਂ ਰਿਹਾ ਉਹਦਾ ਜਿਹੜਾ ਬੌਸ ਆ ਜਿਹਨੂੰ ਕਹਿੰਦੇ ਸੁਪਰੀਮੋ ਕਹਿੰਦੇ ਹੁੰਦੇ ਸੀ ਕੇਜਰੀਵਾਲ ਉਹ ਅੰਦਰ ਜੇਲ੍ਹ ਚ ਬਿਲਕ ਰਿਹਾ ਵਾ ਉਹਦਾ ਕਹਿੰਦਾ ਮੇਰਾ 4.5 ਕਿਲੋ ਭਾਰ ਘਟ ਰਿਹਾ ਤੇ ਹੁਣ ਰਾਗਪ ਚੱਡੇ ਹੋਣੇ ਮੌਜਾਂ ਕਰਦੇ ਨੇ ਯੂਰਪ ਚ ਇੰਜੋਏ ਕਰ ਰਹੇ ਨੇ ਇਨਸੂਲਿਨ ਪਿੱਛੇ ਵੀ ਲੜਾਈ ਹੋ ਰਹੀ ਹੈ ਬੜੀ ਬੜੀ ਹੋਛੀ ਜੀ ਗੱਲ ਕੀਤੀ ਦੇਖੋ ਈਡੀ ਨੇ ਸਟੇਟਮੈਂਟ ਦਿੱਤੀ ਕੋਰਟ ਚ ਇਹਨਾਂ ਨੇ ਕਿਹਾ ਜੀ ਸਾਡੇ ਇਹਦੀ ਸ਼ੂਗਰ ਆਊਟ ਆਫ ਕੰਟਰੋਲ ਹੋ ਰਹੀ ਉਹ ਕਹਿੰਦੇ ਜੀ ਇਹਨੂੰ ਕੋ ਖਾਣ ਖਰਾਕ ਆਪਣੀ ਠੀਕ ਕਰੇ ਹੁਣ ਇਨਸੂਲਿਨ ਜਿਹੜੀ ਆ ਉਹਦੀਆਂ ਡੱਬੀਆਂ ਲੈ ਕੇ ਜੇਲ੍ਹ ਦੇ ਬਾਹਰ ਲਾਰੇ ਨੇ ਉੱਥੇ ਕੋਈ ਪ੍ਰਦਰਸ਼ਨ ਕਰ ਰਹੇ ਇਹ ਕੋਈ ਗੱਲ ਆ ਯਾਰ ਗੱਲਾਂ ਕਿਹੜੀਆਂ ਤੁਸੀਂ ਕੀਤੀਆਂ ਸੀ ਲੜਾਈ ਕਹਿੰਦੇ ਸਾਡੀ ਪ੍ਰਾਈਮ ਮਿਨਿਸਟਰ ਨਾਲ ਆ ਇੱਕ ਕੇਜਰੀਵਾਲ ਉਹਦਾ ਆਲਟਰਨੇਟਿਵ ਆ ਤੇ ਨਿੱਕੀ ਜੀ ਇਨਸੂਲਿਨ ਤੋਂ ਭੱਜੇ ਫਿਰਦੇ ਨੇ ਸਰ ਅੰਨਾ ਹਜ਼ਾਰੀ ਨੇ ਕਿਹਾ ਸੀਗਾ ਵੀ ਮੈਂ ਕਹਿੰਦੇ ਮੈਂ ਕੇਜਰੀਵਾਲ ਨੂੰ ਕਿਹਾ ਸੀਗਾ ਵੀ ਸ਼ਰਾਬ ਵਾਲੇ ਮੈਟਰ ਦੇ ਵਿੱਚ ਨਾ ਆਓ ਉਹ ਤਾਂ ਉਹ ਤਾਂ ਇਹਨੇ ਤਾਂ ਸਾਰੇ ਚੱਕ ਦਿੱਤੇ ਸੀ ਜਿਹ ਪਹਿਲਾਂ ਹੀ ਸੁੱਟਦੇ ਸੀ ਪ੍ਰਸ਼ਾਂਤ ਪੂਸ਼ਣ ਨੇ 5 ਕਰੋੜ ਰੁਪਇਆ ਅ ਨੰਬਰ 1 ਵਿੱਚ ਡੋਨੇਟ ਕੀਤਾ ਸੀ ਪਾਰਟੀ ਨੂੰ ਸਭ ਤੋਂ ਪਹਿਲਾਂ ਇਹਨੇ ਉਹਨੂੰ ਕੱਢਿਆ ਕੁਮਾਰ ਵਿਸ਼ਵਾਸ ਨੂੰ ਕੱਢਿਆ ਜੋਗਿੰਦਰ ਯਾਦਵ ਨੂੰ ਕੱਢਿਆ ਜਿਹੜੇ ਵੀ ਬੰਦੇ ਨੂੰ ਮਾੜਾ ਮੋਟਾ ਕੋਈ ਗਾਂਹ ਸਵਾਲ ਪੁੱਛਦੇ ਸੀਗੇ ਅਸ਼ੂਤੋਸ਼ ਨੂੰ ਕੱਢ ਦਿੱਤਾ ਜਿਹੜੇ ਪੰਜਾਬ ਚੋਂ ਪੁੱਛਦੇ ਸੀ ਡਾਕਟਰ ਗਾਂਧੀ ਕੱਟਦਾ ਛੋਟੇਪੁਰ ਕੱਟਦਾ ਫੁਲਕਾ ਕੱਟਦਾ ਖੇਰਾ ਕੱਟਦਾ ਕੁੱਕੀ ਕੱਟਦਾ ਚਿਹੜਾ ਬੰਦਾ ਇਹਦੇ ਅੱਗੇ ਆੜਨ ਵਾਲਾ ਹੋਵੇ ਸਹੀ ਮਾੜਾ ਜਾ ਉਹਨੂੰ ਦੁੱਧ ਚੋਂ ਜਦੋਂ ਮੱਖੀ ਕੱਟ ਕੇ ਪਾਰ ਮਾਰਦੀ ਹੈ ਵਾਲ ਕੱਢ ਕੇ ਉਹਦਾ ਮਾਰਦਾ ਚੱਕੇ ਸਰ ਪੰਜਾਬ ਨੂੰ ਇਸ ਟਾਈਮ ਕੌਣ ਚਲਾ ਰਿਹਾ ਹੈਗਾ ਕਿਉਂਕਿ ਦਫ਼ਤਰਾਂ ਦੇ ਵਿੱਚ ਸੁਣਿਆ ਕਿ ਦਿੱਲੀ ਤੋਂ ਨਹੀਂ ਇਹੇ ਚਲਦੀ ਸਰਕਾਰ ਦਿੱਲੀ ਤੋਂ ਅੱਜ ਦੀ ਥੋੜੋ ਹੈਗੀ ਜੀ ਭਗਵੰਤ ਨੂੰ ਤਾਂ ਵੇਲ ਨਹੀਂ ਦੂਜੇ ਕੰਮ ਤੋਂ ਰਿਗਾਰਡਮੈਂਟ ਤੋਂ ਉਹ ਤਾਂ ਚਲਾਉਂਦੇ ਇਹ ਸਰਕਾਰ ਪਹਿਲਾਂ ਬੈਠੇ ਦਿੱਲੀੋਂ ਜਿਹੜਾ ਹੁਣ ਪਹਿਲਾਂ ਰਾਗਵ ਚੱਟਾ ਚਲਾਉਂਦਾ ਸੀਗਾ ਉਹ ਹੁਣ ਡਰਦਾ ਭੱਜ ਗਿਆ ਵਾ ਤੇ ਹੁਣ ਅਲੱਗ ਦਾ ਕੋਈ ਸੰਦੀਪ ਪੱਠ ਗਿਆ ਉਹ ਚਲਾ ਰਿਹਾ ਹੋਗਾ ਜੇ ਚੈੱਕ ਕਰ ਲੋ ਤੁਸੀਂ ਜਾ ਕੇ ਸਰਕਰ ਜੀਕਰ ਪੰਜਾਬ ਦੇ 2 ਸਾਲ ਦੇ ਕਾਰਜਕਾਲ ਦੀ ਗੱਲ ਕਰੀਓ ਕਹਿੰਦੇ ਵੀ ਅਸੀਂ ਬਿਜਲੀ ਫਰੀ ਦਿੱਤੀ ਹੈ ਖੇਤਾਂ ਤੱਕ ਪਾਣੀ ਪਹੁੰਚਾਇਆ ਹੈ ਜਿਹੜਾ ਨਹੀਂ ਪਹੁੰਚਦਾ ਸੀਗਾ ਖਖਾਲਾ ਰਹੀ ਤਾਂ ਟਾਈਮ ਥੋੜਾਗਾ ਕੰਮ ਅਸੀਂ ਕੀਤਾ ਅਗਰ ਅਗਰ ਇਹਨਾਂ ਨੇ ਏਡੇ ਕੰਮ ਕੀਤੇ ਸੀ ਪਹਿਲੇ 3 ਮਹੀਨਿਆਂ ਚ ਕਹਿੰਦੇ ਸਾਡਾ ਕਿਲਾ ਸੀ ਸੰਗਰੂਰ ਤਾਂ ਪਹਿਲਾਂ ਹੀ ਹਾਰ ਗਏ ਨੇ ਗੱਲਾਂ ਸਿਰਫ ਮੁਫਤ ਖੂਰੀ ਦੀ ਪੋਲਿਟਿਕਸ ਦਾ ਨਹੀਂਗਾ ਇੱਕ ਓਵਰਆਲ ਪਿਕਚਰ ਦੇਖਦੇ ਨੇ ਲੋਕੀ ਪੰਜਾਬ ਦੀ ਇਸ ਵਕਤ ਕੀ ਹੈ ਕੋਈ ਸਾਡੀ ਧੀ ਪੈਣ ਬਾਹਰ ਨਹੀਂ ਨਿਕਲ ਸਕਦੀ 7 ਵਜੇ ਤੋਂ ਬਾਅਦ ਬੱਚੇ ਨਸ਼ੇ ਨਾਲ ਮਰ ਰਹੇ ਨੇ ਚੀਮਾ ਪਿੰਡ ਅਦੇ ਭਗਵੰਤ ਦੇ ਪਿੰਡੋਂ 7-8 ਕਿਲੋਮੀਟਰ ਦੇ 5-6 ਦਿਨ ਪਹਿਲਾਂ ਮੁੰਡਾ ਨਸ਼ੇ ਨਾਲ ਮਰ ਗਿਆ। ਅਨੇਕਾਂ ਹੀ ਮਾਰੇ ਨੇ ਕੁੜੀਆਂ ਵੀ ਮਰ ਰਹੀਆਂ ਨੇ। ਔਰ ਮਾਫੀਆ ਹਰ ਤਰ੍ਹਾਂ ਦਾ ਪਰਬਲਾ ਇੱਥੇ ਸੰਗਰੂਰ ਦੇ ਵਿੱਚ ਜ਼ੇਰੀਲੀ ਸ਼ਰਾਬ ਨਾਲ 25 ਬੰਦੇ ਮਰ ਗਏ। ਡਿੜਬੇਚ ਜਿਹੜਾ ਹਰਪਾਲ ਚਿਮੇ ਦਾ ਆਪਣੀ ਕਨਸਟਿਟਿਊਐਂਸੀ ਆ, ਐਕਸਾਈਜ਼ ਮਿਨਿਸਟਰ ਆ। ਸਾਰਾ ਗੈਰਕਾਨੂੰਨੀ ਦਿੱਤਾ ਦਾ ਕੰਮ ਚੱਲ ਰਿਹਾ ਵਾ। ਸਾਰਾ ਕੇਬਲ ਨੈਟਵਰਕ ਇੱਕ ਐਸਟੈਬਲਿਸ਼ਡ ਹਾਊਸ ਪੰਜਾਬ ਦਾ ਜਿਹੜਾ ਉਹਦਾ ਮੈਂ ਨਾਮ ਨਹੀਂ ਲੈਂਦਾ ਇਹਨਾਂ ਦਾ ਹਰਪਾਲ ਜਿਹੜਾ ਹਰਮੀਤ ਪਠਾਨ ਮਾਜਰਾ ਐਮਐਲਏ ਪਟਿਆਲਾ ਉਹਨੂੰ ਕਹਿੰਦਾ ਜਾਂ ਤਾਂ ਮੈਨੂੰ ਆਪਣਾ ਵਪਾਰ ਦੇ ਦੇ ਤੇ ਵਪਾਰ ਨਹੀਂ ਦੇ ਸਕਦਾ 100 ਕਰੋੜ ਰੁਪਇਆ ਦੇ ਦੇ ਤੇ ਨਹੀਂ ਕਹਿੰਦੇਗਾ ਪਰਚੇ ਦਰਜ ਉਹਦੇ 30 35 40 ਪਰਚੇ ਦਰਜ ਕਰਦੇ ਉਹ ਬਚਾਰਾ ਵਿਦੇਸ਼ 'ਚ ਬੈਠਾ ਆਦਮੀ ਉਹਦਾ ਮਾਲਕ ਇਜ਼ ਦਿਸ ਕਿ ਇਹ ਬਦਲਾਅ ਆਪ ਸੀਗਾ ਕਿ ਇਸ ਤਰ੍ਹਾਂ ਨਾਲ ਇਹਨਾਂ ਨੇ ਵਾਅਦਾ ਕੀਤਾ ਸੀ ਲੋਕਾਂ ਨੂੰ ਕਿ ਚੰਗਾ ਰਾਜ ਭਾਗ ਦੇਵਾਂਗੇ ਰੋਜ਼ ਟੀਚਰ ਕੁੱਟਦੇ ਨੇ ਆ ਕੱਲ ਮੀਥੇਰ ਦੇ ਘਰ ਦੇ ਬਾਹਰ ਔਰਤਾਂ ਕੁੱਟ ਰਹੇ ਖਿੱਚ ਰਹੇ ਉਹਨਾਂ ਨੂੰ ਚੁੰਨੀਆਂ ਉਹਨਾਂ ਦੀਆਂ ਪੁਲਿਸ ਵਾਲੇ ਕਿਹੜਾ ਬੰਦਾ ਨਹੀਂ ਕੁੱਟਿਆ ਇਹਨਾਂ ਨੇ ਜਿਹੜਾ ਬੰਦਾ ਧਰਨੇ ਮਾਰਨ ਗਿਆ ਸੰਗਰੂਰ 'ਚ ਉਹਨੂੰ ਕੁੱਟ ਪਈ ਪੱਲੇਦਾਰ ਇਹਨਾਂ ਨੇ ਕਿਸਾਨਾਂ ਨੂੰ ਕੁੱਟਿਆ ਇਹਨਾਂ ਨੇ EMPLOYEES ਨੂੰ ਕੁੱਟਿਆ ਪੜ੍ਹੇ ਲਿਖੇ ਲੋਕਾਂ ਨੂੰ ਕੁੱਟਿਆ ਇਹਨਾਂ ਲੋਕਾਂ ਨੇ ਸੋ ਕਿਉਂ ਲੋਕ ਵੋਟ ਪਾਉਣਗੇ ਇਹਨਾਂ ਨੂੰ ਮੀਤ ਹੀਰ ਨਾਲ ਇੱਕ ਫੋਟੋ ਤੁਸੀਂ ਕਹਿ ਰਹੇ ਹੋ ਕਿ ਉਹ ਇੱਕ ਸਿੱਧੂ ਮੂਸੇਵਾਲੇ ਦਾ ਜਿਹੜਾ ਕਾਤਲ ਸੀ ਨਾ ਜੀ ਸੌਰੀ ਚਲਾਨ ਪੇਸ਼ ਹੋ ਉਹਦੇ 'ਚ ਇੱਕ ਮੁੰਡਾ ਨਾਮਜਦ ਹੈ ਚੌਥੇ ਨੰਬਰ ਤੇ ਸੀਰੀਅਲ ਤੇ ਉਹਦਾ ਨਾਮ ਹੈਗਾ ਜੀਵਨ ਜੋਤ ਚਾਹਲ ਉਹਦੀ ਅਸੀਂ ਫੋਟੋਆਂ ਮੇਰੇ ਕੋ ਆਈਆਂ ਸੀਗੀਆਂ ਬੜੇ ਕਿਸੇ ਜ਼ਿੰਮੇਵਾਰ ਪੁਲਿਸ ਆਫਸਰ ਨੇ ਦਿੱਤੀਆਂ ਫੋਟੋਆਂ ਤੇ ਵੀਡੀਓ ਭਗਵਾਨ ਮੀਤ ਹੀਰ ਦੇ ਨਾਲ ਉਹਦੀ ਰਿਸੈਪਸ਼ਨ ਪਾਰਟੀ ਤੇ ਖੜਾ ਤੇ ਉਹਦੇ ਕੈਂਪੇਨ ਵਿੱਚ ਹਿੱਸਾ ਲੈ ਰਿਹਾ ਜਿਹੜਾ ਮੂਸੇਵਾਲ ਦੇ ਕਤਲ ਵਿੱਚ ਇਨਵੋਲਡ ਹੈ ਜਿਹੜੀ ਐਲੋਸੀ ਖੋਲੀ ਹੋਈ ਹੈ ਚਾਹੇ ਉਹਨੂੰ ਨਹੀਂ ਅਰੈਸਟ ਕੀਤਾ ਬਟ ਹੀ ਇਜ਼ ਅਨ ਅਕਿਊਜ਼ਡ ਇਨ ਦ ਸੈਂਸ ਹੀ ਇਜ਼ ਅ ਪਾਰਟ ਆਫ ਦ ਚਾਰਜ ਸ਼ੀਟ ਇਦਾਂ ਦੇ ਬੰਦੇ ਦਾ ਮਤਲਬ ਲੈਣਾ ਸਹਾਰਾ ਕੇ ਤੁਸੀਂ ਸਿੱਧੂ ਮੂਸੇਵਾਲ ਦੇ ਕਤਲ ਨੂੰ ਜਸਟੀਫਾਈ ਕਰ ਰਹੇ ਆ ਜਿਹੜੇ ਕਾਤਲ ਸੀਗੇ ਉਹਨਾਂ ਦੀ ਇੰਟਰਵਿਊ ਹੈ ਜੇਲ੍ਹਾਂ ਚ ਹੋਰੀ ਕਿਸੇ ਨੇ ਪੁੱਛੇ ਨਹੀਂ ਅਜੇ ਤੱਕ 2 ਸਾਲ ਹੋ ਗਏ ਨੇ ਸੋ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਇਹਨਾਂ ਨੇ 2 ਸਾਲ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਆਪਣੇ ਹੀ ਬਣਾਏ ਅਸੂਲ ਜਿਹੜੇ ਘੜੇ ਸੀਗੇ ਉਹਨਾਂ ਨੂੰ ਛਿੱ ਔਰ ਆਪਣੇ ਵਿਰੋਧੀਆਂ ਨਾਲ ਬਦਲਾਖੋਰੀ ਕੀਤੀ ਆ ਤੇ ਪੰਜਾਬ ਦੇ ਲੋਕਾਂ ਨੂੰ ਮੂਰਖ ਸਮਝਦੇ ਨੇ ਸਿਰਫ ਪਬਲਿਸਿਟੀ ਕਰਕੇ ਤੇ ਖੰਭਿਆਂ ਤੇ ਆਪਣੇ ਪੋਸਟਰ ਟੰਗ ਕੇ ਇਹ ਸਮਝਦੇ ਨੇ ਕਿ ਅਸੀਂ ਇਦਾਂ ਵੋਟਾਂ ਲੈ ਲੈਣਗੇ ਇਹ ਉਹਨਾਂ ਨੂੰ ਹੁਣ ਲੋਕ ਸਭਾ 'ਚ ਅਹਿਸਾਸ ਹੋ ਗਿਆ ਸਰ ਕਈ ਐਮਐਲਏ ਪਹਿਲੀ ਵਾਰ ਜਿੱਤੇ ਨੇ ਉਹਨਾਂ ਨੂੰ ਐਕਸਪੀਰੀਅੰਸ ਨਹੀਂ ਹੈਗਾ ਵਿਧਾਨ ਸਭਾ ਦਾ ਜਾਂ ਲੋਕਾਂ ਨਾਲ ਕੰਮ ਕਰਾਂਦਾ ਜਾਂ ਬਿਊਰੋਕ੍ਰੇਸੀ ਨਾਲ ਤਾਲਮੇਲ ਨਹੀਂ ਹੋ ਰਿਹਾ ਕਮੀ ਨਹੀਂ ਲੱਗਦੀ ਹੈਗੀ ਵੀ ਫਰਸਟ ਟਾਈਮ ਜਿੱਤੇ ਜਿਹੜਾ ਉਹ ਕਹਿੰਦੇ ਸੀ ਜੀ ਸਾਡਾ ਮੋਬਾਈਲ ਫੋਨ ਵਾਲਾ ਚੱਕ ਕੇ ਦੁਕਾਨ ਤੋਂ ਲਿਆਂਦਾ ਉਗੋ ਕੇ ਉਹ ਕਹਿੰਦਾ ਮੈਂ ਮਾਰੂੰ ਲਫੇੜੇ ਤੇਰੇ ਸਰਪੰਚਾ ਮਤਲ ਉਦਾਂ ਤੁਸੀਂ ਕਹਿੰਦੇ ਸੀ ਆਮ ਆਦਮੀ ਆਮ ਆਦਮੀ ਦੇ ਦੇ ਕਿਰਦਾਰ ਹੋਰ ਵੀ ਜ਼ਿਆਦਾ ਹਲੀਮੀ ਹੋਣੀ ਚਾਹੀਦੀ ਸੀ ਪਰ ਇਹ ਕਹਿੰਦੇ ਮਾਰਾਂਗੇ ਲਫੇੜੇ ਇਹ ਸਾਰੇ ਬੰ ਜਿਹੜੇ ਐਮ ਐਲ ਏਜ਼ ਬਹੁਤ ਹੰਕਾਰੇ ਹੋਏ ਨੇ ਇਹਨਾਂ ਚੋਂ ਸਿਰਫ ਇੱਕ ਆਦਮੀ ਅੱਛਾ ਹੈਗਾ ਕੁਮਰ ਵਿਜੇ ਪ੍ਰਤਾਪ ਔਰ ਉਹਨੇ ਆਪ ਸ਼ਰਿਆਮ ਪਬਲਿਕ ਡੋਮੇਨ ਚ ਕੁਲਦੀਪ ਢਾੜੀਵਾਲ ਦੇ ਸਾਹਮਣੇ ਕਿਹਾ ਕਿ ਮੇਰੇ ਸ਼ਹਿਰ ਵਿੱਚ ਨਸ਼ੇ ਵਿਕ ਰਹੇ ਨੇ ਆ ਫਲਾਹ ਪੁਲਿਸ ਆਫੀਸਰ ਲਵਾਏ ਨੇ ਰਾਗਵ ਚੱਡਾ ਨੇ ਇਹ ਬਕਵਾਰੇ ਨੇ ਇਤਨੋਂ ਜ਼ਿਆਦਾ ਹੁਣ ਮਤਲਬ ਆਪੋਜੀਸ਼ਨ ਆਪੋਜੀਸ਼ਨ ਨਹੀਂ ਇਹਨਾਂ ਦੇ ਖੁਦ ਦਾ ਐਮ ਐਲ ਏ ਕਹਿ ਰਿਆ ਜਿਹੜੇ ਬਾਕੀ ਕੰਨਵੇਂ ਨੇ ਉਹਨਾਂ ਦਾ ਨ ਉਹ ਕੋਹਨਾਂ ਨੇ ਨਹੀਂ ਬੋਲਣਾ ਕਦੇ ਉਹਨਾਂ ਨੇ ਕਿਸਾਨਾਂ ਦਾ ਸ਼ੁਭਕਰਨ ਮਰਿਆ ਬਿਲਕੁਲ ਨਹੀਂ ਬੋਲੇ ਐਨਐਸਐਲਾਈ ਬਿਲਕੁਲ ਨਹੀਂ ਬੋਲੇ ਰੋਜ਼ ਕੁਟਕਟਾਪਾ ਹੁੰਦਾ ਬਿਲਕੁਲ ਨਹੀਂ ਬੋਲਦੇ ਕਿਸੇ ਮੁੱਦੇ ਤੇ ਨਹੀਂ ਬੋਲਦੇ ਜਿੱਦਣ ਕੇਜਰੀਵਾਲ ਚੱਕਿਆ ਗਿਆ ਸਾਰੇ ਕੰਨਵੇਂ ਪੱਜੇ ਗਏ ਉਹਦੇ ਪਿੱਛੇ ਔਰ ਜਿਹੜਾ ਹਰਜੋਤ ਬੈਂਸ ਕਿੱਦਾਂ ਤੁਸੀਂ ਦੇਖਿਆ ਇੱਕ ਮਨਿਸਟਰ ਮਤਲਬ ਇੱਕ ਤੈਨੂੰ ਤੇਰਾ ਤੇਰੀ ਹਾਂ ਤੇਰੀ ਥੋੜੀ ਜਿਹੀ ਨਾ ਮਤਲਬ ਡੀਸੈਂਸੀ ਚਾਹੀਦੀ ਯਾਰ ਜੋ ਹੋਲਡਿੰਗ ਆ ਕਨਸਟੀਟਿਊਸ਼ਨਲ ਪੋਸਟ 30 ਸੈਕਿੰਡ ਦਾ ਸਭ ਤੋਂ ਸ਼ਾਰਟੈਸਟ ਧਰਨਾ ਮਾਰਿਆ ਤੇ ਚਾਰ ਬੰਦਿਆਂ ਤੋਂ ਵੀ ਨਾ ਚੱਕ ਹੁੰਦਾ ਸੀਗਾ ਮੈਂ ਤਾਂ ਕਹਿਆ ਨੂੰ ਜੀਸੀਬੀ ਲਿਆਓ ਤੈਨੂੰ ਚੱਕਣ ਵਾਸਤੇ ਜ ਮਸ਼ੀਨ ਚਾਹੀਦੀ ਏ ਇਦਾਂ ਦੇ ਇਹਨਾਂ ਦੇ ਐਮਐਲਏਸ ਤੇ ਮਨਿਸਟਰਸ ਨੇ ਦੇਰਫੋਰ ਮੈਨੂੰ ਨਹੀਂ ਲੱਗਦਾ ਕਿ ਲੋਕੀ ਇਹਨਾਂ ਦੇ ਯਕੀਨ ਕਰਨਗੇ ਐਵਰ ਸੋ ਕੋ ਇਹਨਾਂ ਨੇ ਦੂਜਿਆਂ ਦਾ ਵੀ ਯਕੀਨ ਤੋੜਿਆ ਇਨਕਲਾਬ ਦਾ 13 0 ਦੀ ਗੱਲ ਕਰਦੇ ਨੇ ਉਸ ਦਿਦਾਂ ਤਿਤਲੀਆਂ ਦੀ ਗੱਲ ਕੀਤੀ ਗਈ 13 ਤਾਂ ਬੰਦੇ ਹੀ ਹੈ ਨਹੀਂ ਇਹਨਾਂ ਦੇ ਕੋਲ ਪੰਜ ਮਨਿਸਟਰ ਕਿਸੇ ਪਾਰਟੀ ਨੇ ਲੜਾਈ ਨੇ ਅਜ ਤੱਕ ਤਿੰਨ ਐਮਐਲਏ ਇੱਕ ਕਮੇਡੀਅਨ ਤਿੰਨ ਤਿਤਲੀਆਂ ਮਤਲਬ ਜਲੰਧਰ ਜਿਹਨਾਂ ਦਾ ਜਿਹੜਾ ਕੈਂਡੀਡੇਟ ਸੀ ਉਸ ਨੂੰ ਟਿਕਟ ਪੱਜ ਗਿਆ ਫਿਰ ਇਹਨੇ ਅਕਾਲੀਆਂ ਦਾ ਲਿਆਂਦਾ ਸਾਡਾ ਚੱਬੇ ਵਾਲਾ ਹਾਰਪੁਰ ਦਾ ਬਣਾਇਆ ਬਾਤ ਮਰੂੜ ਕੇ ਉਹਦੇ ਤੇ ਡਰਾਤਮਕਾ ਕੇ ਇੱਕ ਸਾਡਾ ਜੀਪ ਲੈ ਕੇ ਫਤਿਹਗੜ੍ਹ ਸਾਹਿਬ ਤੋਂ ਜਿਹੜੀ ਪਾਰਟੀ ਕੋ 13 ਬੰਦੇ ਨਹੀਂ ਗਏ ਉਹ 13 0 ਕਿੱਦਾਂ ਹੋ ਜਾਊਗਾ ਇਹ ਗਲਤਫਹਿਮੀ ਹੈ ਕਿ ਰਿਵਰਸ ਹੋਊਗਾ 0 13 ਸਰ ਉਹ ਕਹਿੰਦੇ ਨੇ ਮਾਨ ਸਾਹਿਬ ਕਹਿੰਦੇ ਨੇ ਵੀ ਅਸੀਂ ਕੰਮ ਕਰਵਾਏ ਨੇ 2.5 ਸਾਲਾਂ ਦੇ ਵਿੱਚ ਚਾਹੇ ਨੌਕਰੀਆਂ ਦਿੱਤੀਆਂ ਨੇ ਸਾਰਾ ਕੁਝ ਦਿੱਤਾ ਕਰ ਰਹੇ ਹਾਂ ਜੇ ਕੰਮ ਟਾਈਮ ਦਿਓ ਸਾਨੂੰ ਸਮਾਂ ਦਿਓ ਕਿ ਦੂਜੀਆਂ ਸਰਕਾਰਾਂ ਲਾਸਟ ਦੇ ਵਿੱਚ ਕੰਮ ਕਰਦੀਆਂ ਸੀ ਸਮਾਂ 2 ਸਾਲ ਹੋ ਗਏ ਨੇ ਜੀ ਆਲਵੇਜ਼ ਪਾਰਲੀਮੈਂਟ ਜਿਹੜੀ ਹੈਗੀ ਉਹ ਇੱਕ ਕਿਸਮ ਦੀ ਤੁਹਾਡੀ ਆ ਜਾਂਦਾ ਵਾ ਕਾਰਜ ਸ਼ੈਲੀ ਤੇ ਕੰਮ ਕਰਦੇ ਉੱਤੇ ਇੱਕ ਰਿਫਰੈਂਡਮ ਮੰਨਿਆ ਜਾਂਦਾ ਪੰਜਾਬ ਦੀ ਸਰਕਾਰ ਤੇ ਔਰ ਜਿਹੜਾ ਇਹ ਕਹਿੰਦੇ ਸੀ ਨੌکریاں ਦਿੱਤੀਆਂ ਸਰਕਾਰੀ ਨੌਕਰੀ ਦਿੰਦਿਆਂ ਦਿੰਦਿਆਂ ਇਹ ਵੀ ਦੱਸੋ ਨਾ ਕਿ ਕਰਜ਼ਾ ਕਿੰਨਾ ਚੜਿਆ ਸਰਕਾਰ ਤੇ 60 ਤੋਂ 70000 ਕਰੋੜ ਰੁਪਏ ਦਾ ਕਰਜ਼ਾ ਨਵਾਂ ਐਡ ਕਰ ਦਿੱਤਾ ਇਹਨਾਂ ਨੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਉਹਦਾ ਵਿਆਜ ਦੀ ਅਦਾਇਗੀ ਕਿਵੇਂ ਕੰਮ ਹੋਵੇਗਾ ਪੰਜਾਬ ਦਾ ਔਰ ਜਿਹੜੀਆਂ ਕਲੀਨਿਕਸ ਵਗੈਰਾ ਬਣਾਈਆਂ ਇਹ ਸਾਰੀਆਂ ਉਹੀ ਪੁਰਾਣੇ ਹੈਲਥ ਸੈਂਟਰਸ ਡਿਸਪੈਂਸਰੀਆਂ ਨੂੰ ਪ੍ਰਾਇਮਰੀ ਹੈਲਥ ਸੈਂਟਰ ਨੂੰ ਰੰਗ ਰੋਗਨ ਕਰਕੇ ਫੱਟੇ ਲਾਤੇ ਮਤਲਬ ਇਹ ਹੁੱਡਵਿੰਗ ਕਰਨ ਤੇ ਆਏ ਹੋਏ ਲੋਕਾਂ ਨੂੰ ਕਹਿੰਦੇ ਸੀ ਫੋਟੋਵਾਂ ਨਹੀਂ ਲਾਵਾਂਗੇ ਜੀ ਹੁਣ ਕਿੱਥੇ ਤਾਂ ਲਫਾਫਿਆਂ ਤਾਂ ਹੀ ਫੋਟੋ ਲਾਤੀ ਆਪਣੀ ਮਤਲਬ ਹਰ ਚੀਜ਼ ਤੇ ਲੱਗੀ ਲੱਗੀ ਆ ਜਿਹੜੇ ਕੋ ਛੋਟੇ ਮੋਟੇ ਆਟੇ ਦਾਲ ਦੇ ਜਿਹੜੇ ਦਿੰਦੇ ਨੇ ਰਾਸ਼ਨ ਦਿੰਦਾ ਉਹਦੇ ਦੇ ਵੀ ਫੋਟੋ ਚਾੜ੍ਹ ਦਿੱਤੀ ਆਪਣੀ ਸੋ ਇਸ ਕਰਕੇ ਕਿ ਕਿਹੜੀ ਮੈਂ ਇਹਨਾਂ ਦੀ ਗੱਲ ਕਰਾਂ ਤੇ ਕਿਹੜੀ ਨਾ ਕਰਾਂ ਦੇ ਆਰ ਇਨ ਫੋ ਬਿਗ ਟ੍ਰਬਲ ਸਰ ਜੀ ਭਾਜਪਾ ਦੀ ਗੱਲ ਕਰੀਏ ਕਿਸਾਨ ਵਿਰੋਧ ਕਰ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਟਿਕਟਾਂ ਹਜੇ ਕੁਝ ਅਨਾਉਂਸ ਵੀ ਨਹੀਂ ਕੀਤੀਆਂ ਹੈਗਾ ਕਿਸ ਤਰ੍ਹਾਂ ਦੇਖਦੇ ਹੋ ਵੀ ਤੁਹਾਡੀ ਪਾਰਟੀ ਦਾ ਇਸ ਵਾਰ ਮੁਕਾਬਲਾ ਕਿਸ ਨਾਲ ਰਹੇਗਾ ਸ਼੍ਰੋਮਣੀ ਅਕਾਲੀ ਦਲ ਵੀ ਮੈਦਾਨ ਦੇ ਵਿੱਚ ਹੈ ਦੇਖੋ ਭਾਜਪਾ ਜਿਹੜੀ ਹੈ ਨਾ ਉਹ ਪੰਜਾਬ ਦੇ ਵਿੱਚ ਉਹਦੀ ਕੋਈ ਐਂਟਰੀ ਨਹੀਂ ਕੀ ਦੇਸ਼ ਚ ਕੀ ਕਰਦੇ ਮੈਨੂੰ ਨਹੀਂ ਪਤਾ ਪੰਜਾਬ ਚ ਐਂਟੀ ਸਿੱਖ ਐਂਟੀ ਮਾਈਨੋਰਟੀਜ਼ ਮੁਸਲਮਾਨਾਂ ਦੇ ਖਿਲਾਫ ਇਸਾਈਆਂ ਬੋਧੀਆਂ ਜੈਨੀਆਂ ਦਲਿਤ ਡਰਦੇ ਨੇ ਕਿ ਸਾਡੇ ਅਧਿਕਾਰ ਇਹਨਾਂ ਨੇ ਯੂਨੀਫਾਰਮ ਸਿਵਲ ਕੋਡ ਲਾਗੂ ਕਰ ਦਿੱਤਾ ਉੱਥੇ ਉੱਤਰਾਖੰਡ ਦੇ ਵਿੱਚ ਦੇ ਆਫਰੇਡ ਕਿ ਕੱਲ ਨੂੰ ਕਨਸਟੀਟਿਊਸ਼ਨ ਆਲਟਰ ਕਰਕੇ ਸਾਡੇ ਰਾਈਟਸ ਹੀ ਖੋਹ ਲੈਣਗੇ ਇਸ ਕਰਕੇ ਪੰਜਾਬ ਦੇ ਵਿੱਚ ਉਹਨਾਂ ਦਾ ਕੋਈ ਸਥਾਨ ਨਹੀਂਗਾ ਔਰ ਜਿਸ ਢੰਗ ਦੇ ਨਾਲ ਸਾਡੇ ਕਿਸਾਨਾਂ ਨੂੰ ਕੁੱਟਿਆ ਸ਼ੰਭੂ ਬਹਿਰੀਅਤ ਤਾਜ਼ਾ ਹਰਿਆਣਾ ਪੁਲਿਸ ਨੇ ਅੰਦਰ ਵੜ ਕੇ ਸ਼ੁਭਕਰਨ ਮਾਰ ਦਿੱਤਾ ਔਰ ਉਸ ਤੋਂ ਪਹਿਲਾਂ ਐਡਾ ਵੱਡਾ ਹੋਇਆ ਅੰਦੋਲਨ 700 ਕਿਸਾਨ ਮਰਿਆ ਕੁਝ ਵੀ ਬਹਿਦਾ ਪੂਰਾ ਨਹੀਂ ਕੀਤਾ 10 ਸਾਲ ਹੋ ਗਏ ਮੋਦੀ ਸਾਹਿਬ ਆਮਦਨ ਡਬਲ ਕਰਾਂਗੇ ਕਿਸਾਨਾਂ ਦੀ ਤੇ ਕਰਜ਼ਾ ਡਬਲ ਜ਼ਰੂਰ ਹੋਇਆ ਵਾ MSP ਤੱਕ ਲੋ ਨੀ ਬਣਾਇਆ ਸਾਡੀ ਪਾਰਟੀ ਨੇ ਵਾਅਦਾ ਕੀਤਾ ਕਿ ਜਦੋਂ ਇੰਡੀਆ ਅਲਾਈਂਸ ਦੀ ਸਰਕਾਰ ਬਣੇਗੀ ਸਭ ਤੋਂ ਨੰਬਰ 1 ਪ੍ਰਾਇੋਰਟੀ ਐ MSP ਨੂੰ ਇੱਕ ਲਾਅ ਕਾਨੂੰਨ ਦੇ ਤਹਿਤ ਸਾਰੀਆਂ ਫਸਲਾਂ ਤੇ ਲਾਗੂ ਕੀਤਾ। ਨਾ ਸਵਾਲ ਜੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਪੰਥਕ ਵੋਟ ਸੀਗੀ 100 ਸਾਲ ਪੁਰਾਣੀ ਪਾਰਟੀ ਐ ਕਿ ਕਿੱਥੇ ਖੜੀ ਐ ਜੀ ਉਹ ਆਪਣੇ ਏਜੰਡੇ ਤੋਂ ਉਖੜ ਗਏ ਨੇ ਪੰਥ ਕਹਿਣ ਨਾਲ ਜਾਂ ਤਕੜੀ ਨਿਸ਼ਾਨ ਨਾਲ ਥੋੜੂ ਕੋ ਗੱਲ ਬਣਦੀ ਜੰਮੂ ਕਸ਼ਮੀਰ ਦੇ ਦੋ ਟੋਟੇ ਕੀਤੇ ਤੇ ਸੁਖਬੀਰ ਹੁਣਾਂ ਨੇ ਵੋਟਾਂ ਪਾਈਆਂ ਵਾ BJP ਨੂੰ ਉਹਦਾ ਕਹਿੰਦੇ ਅਸੀਂ ਵਾਅਦਾ ਅਧਿਕਾਰ ਚਾਉਂਦੇ ਉਹਨਾਂ ਤਾਂ ਸਟੇਟ ਹੀ ਤੋੜ ਦਿੱਤੀ CWA ਦਾ ਬਿੱਲ ਆ ਰਿਹਾ ਕੋਈ ਨਹੀਂ ਬੋਲ ਰਿਹਾ ਯੂਨੀਫਾਰਮ ਸਿਵਲ ਕੋਡ ਸਾਡੇ ਧਾਰਮਿਕ ਹਕੂਕ ਖੋਏ ਜਾਣੇ ਸਾਰੀਆਂ ਘਟਕ ਨਹੀਂ ਦਿੰਦੇ ਕੁਝ ਵੀ ਨਹੀਂ ਬੋਲ ਰਹੇ ਔਰ ਅੰਦਰੋਂ ਹੀ BJP ਦੇ ਨਾਲ ਮਿਲੇ ਹੋਏ ਨੇ ਚਲੋ ਸਮਝੌਤਾ ਨਹੀਂ ਕੀਤਾ فرض ਕਰੋ ਸੁਖਵੀਰ ਬਾਦਲ ਦੀ ਪਾਰਟੀ ਚ ਕੋਈ ਤੁੱਕੇ ਨਾ ਇੱਕ ਅਦਾ ਬੰਦਾ ਜਿੱਤ ਜਾਂਦਾ ਉਹਨਾਂ ਨੇ ਵੋਟਾਂ ਦਾ ਇੰਡੀਆ ਨੂੰ ਪਾਉਣੀਆਂ ਸਿਤੀਆਂ ਤਾਂ ਪੰਜਾਬ ਦੇ ਲੋਕ ਏਡੇ ਬੱਚੇ ਤਾਂ ਹੈ ਨਹੀਂ ਜਿਹੜਾ ਵੀ ਵੋਟ ਸੁਖਵੀਰ ਬਾਦਲ ਦੀ ਪਾਰਟੀ ਨੂੰ ਪਾਊਗਾ ਉਹ ਇੰਡਾਇਰੈਕਟਲੀ BJP ਨੂੰ ਵੋਟ ਜਾ ਰਹੀ ਹੈ ਕੀਨਸਾ ਪਰਵਾ ਦੀ ਗੱਲ ਕਰੀਏ ਸਰਪ੍ਰਸਤ ਵੀ ਲਾਇਆ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਛੱਡ ਕੇ ਸੀ ਫਿਰ ਜੁਆਇਨ ਕਰ ਗਏ ਪਰਮਿੰਦਰ ਢੀਂਸਾ ਨਾਲ ਉਹਨਾਂ ਨਾਲ ਮੇਰਾ ਖਿਆਲ ਹੈ ਵਿਸ਼ਵਾਸ ਘਾਤ ਹੋਇਆ ਉਹਨਾਂ ਨੂੰ ਉਹਨਾਂ ਨੂੰ ਆਪਣੀ ਬੁੱਕਲ ਚ ਲੈ ਕੇ ਸੁਖਬੀਰ ਨੇ ਜਿਹੜਾ ਕਿਰਦਾਰ ਕੁਸ਼ੀ ਕੀਤੀ ਉਹਨਾਂ ਦੀ ਇਹ ਸੁਖਬੀਰ ਨੂੰ ਮਹਿੰਗੀ ਪਵੇਗੀ ਪਰਮਿੰਦਰ ਢੀਂਸਾ ਹੁਣੀ ਜਿਹੜੇ ਨੇ ਉਹ ਸ਼ਰੀਫ ਬੰਦਿਆਂ ਚੋਂ ਆ ਉਹਨਾਂ ਦਾ ਸੰਗਰੂਰ ਦੇ ਵਿੱਚ ਹੋਲਡ ਹੈ ਪਰ ਉਹਨਾਂ ਨੇ ਅਕਾਲੀ ਦਲ ਬੁਆਇਕਾਟ ਹੀ ਕਰ ਦਿੱਤਾ ਸੋ ਮੈਨੂੰ ਲੱਗਦਾ ਵਾ ਕਿ ਉਹ ਸਾਰੀ ਵੋਟ ਜਿਹੜੀ ਆ ਉਹ ਪ੍ਰਮਾਤਮਾ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਨੂੰ ਵੀ ਪਵੇਗੀ। ਸੰਗਰੂਰ ਦੀ ਗੱਲ ਕਰੀਏ ਆਪਾਂ ਫੋਕਸ ਵੀ ਸੰਗਰੂਰ ਲਈ ਕੀ ਤੁਹਾਡੇ ਮੁੱਦੇ ਰਹਿਣਗੇ ਜੀ? ਸੰਗਰੂਰ ਦੇ ਲੋਕਲਾਈਜ਼ਡ ਇਸ਼ੂਸ ਅਸੀਂ ਸ਼ਾਰਟਲੀ ਇੱਕ ਲੋਕਲ ਮੈਨੀਫੈਸਟੋ ਵੀ ਤਿਆਰ ਕਰਾਂਗੇ। ਉਹਦੇ ਚ ਅਸੀਂ ਸਾਰੇ ਆਊਟਲਾਈਨ ਕਰਾਂਗੇ ਵਪਾਰੀਆਂ ਲਈ, ਦਲਿਤਾਂ ਲਈ, ਛੋਟੇ ਕਿਸਾਨ ਲਈ, ਔਰ ਨੌਜਵਾਨਾਂ ਲਈ। ਇਹ ਸਾਰੀਆਂ ਇਸ਼ੂਜ਼ ਕਹਿੰਦੇ ਬਟ ਬ੍ਰੌਡਲੀ ਆਈ ਕੈਨ ਸੇ ਕਿ ਬਹੁਤ ਸਾਰੇ ਇਸ਼ੂਜ਼ ਜਿਹੜੇ ਬਕਾਇਆ ਪੰਜਾਬ ਦੇ ਵਿੱਚ ਇਸ਼ੂਜ਼ ਨੇ ਲਗਭਗ ਉਦਾਂ ਦੇ ਇਸ਼ੂਜ਼ ਇੱਥੇ ਪੈਂਡਿੰਗ ਨੇ ਐਜੂਕੇਸ਼ਨ ਹੈਲਥ케ਅਰ ਨੂੰ ਲੈ ਕੇ ਅਨਪਲੋਇਮੈਂਟ ਨੂੰ ਲੈ ਕੇ ਵਾਤਾਵਰਨ ਨੂੰ ਲੈ ਕੇ ਗੰਦਲਾ ਹੋ ਗਿਆ ਘੱਗਰ ਦਰਿਆ ਦੀ ਜਿਹੜੀ ਇੱਕ ਬਹੁਤ ਵੱਡਾ ਇੱਕ ਕੀ ਕਹਿੰਦੇ ਕਿ ਕਹਿਰ ਮਚਾਉਂਦੀ ਹਰ ਬਰੇ ਉਹਨੂੰ ਕੋਈ ਡੀਲ ਨਹੀਂ ਕਰ ਸਕਿਆ ਦੋ ਸਾਲਾਂ ਚ ਭਗਵੰਤ ਮਾਨ ਨੂੰ ਮੈਨੂੰ ਲੱਗਦਾ ਧਿਆਨ ਵੀ ਨਹੀਂਗਾ ਕਿ ਘੱਗਰ ਵਾਲੇ ਪਾਸੇ ਵੀ ਮੈਂ ਦੇਖ ਕੇ ਆਵਾਂ ਸਰ ਰਹੋਗੇ ਤੁਸੀਂ ਜਦੋਂ ਤੋਂ ਬਾਅਦ ਚੋ ਨਹੀਂ ਰਵਾਂਗਾ ਮੈਂ ਹਮੇਸ਼ਾ ਆਪਣੀ ਜ਼ਿੰਦਗੀ ਚ ਹਰ ਵਾਅਦਾ ਪ ਮੈਂ 30 ਸਾਲ ਤੋਂ ਇਹੀ ਕੰਮ ਕਰ ਰਿਹਾ ਜਦੋਂ ਜਿਹਦ ਕਰ ਰਿਹਾ ਔਰ ਮੈਂ ਕਦੀ ਕਿਸੇ ਦੇ ਸਾਹਮਣੇ ਇਦਾਂ ਝੁਕਿਆ ਨਹੀਂ ਤੇ ਆਪਣੇ ਵੈਦ ਤੋਂ ਕਦੀ ਪੱਛਾ ਨਹੀਂ ਜੀ ਜਰੂਰ ਇਹ ਸੀਗੇ ਸੁਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ ਦੇ ਉਮੀਦਵਾਰ ਇਹਨਾਂ ਦਾ ਕਹਿਣਾ ਹੈ ਕਿ ਜਿੱਕਰ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਤਾਂ ਉਥੋਂ ਪਲੱਤੋਂ ਸੰਗਰੂਰ ਆਣ ਦਾ ਕਾਰਨ ਸੀਐਮ ਭਗਵੰਤ ਮਾਨ ਨੇ ਤੇ ਉਹਨਾਂ ਦੇ ਖਿਲਾਫ ਇਹ ਚੋਣ ਲੜੀ ਜਾਏਗੀ ਜਿਹੜੇ ਉਹਨਾਂ ਨੇ ਵਾਅਦੇ ਤੇ ਦਾਅਵੇ ਕੀਤੇ ਸੀਗੇ ਜਿਹੜੇ ਆਮ ਆਮ ਕਰਾਂ ਦੇ ਲੋਕਾਂ ਦੀ ਗੱਲ ਕੀਤੀ ਸੀਗੀ ਉਸੇ ਦੇ ਉਹੀ ਮੁੱਦੇ ਲੈ ਕੇ ਮੈਂ ਸੰਗਰੂਰ ਦੇ ਹਲਕੇ ਦੇ ਵਿੱਚ ਜਾਵਾਂਗਾ ਤੇ ਲੋਕਾਂ ਲਈ ਇਸ ਲਈ ਵੋਟ ਮੰਗਾਗਾ ਕਿ ਕਿਉਂ ਨਾ ਦੂਸਰੀ ਪਾਰਟੀ ਨੂੰ ਵੋਟ ਪਾਈ ਜਾਵੇ ਤੇ ਕਾਂਗਰਸ ਪਾਰਟੀ ਨੂੰ ਕਿਉਂ ਵੋਟ ਪਾਈ ਜਾਵੇ ਕੀਰਤੀਪਾਲ ਜਸ ਪੰਜਾਬੀ ਸੰਗਰੂਰ